बिस्मिल्लाहिर्रहमानिर्रहीम, अस्सलाम वालेकुम। कैसे हैं मेरे बहन भाई? अल्लाह पाक आपको सलामत रखे, अल्लाह पाक आपकी लंबी उम्र करे। इसी नेक दुआ के साथ आज का मज़ेदार व्लॉग का करते हैं आगाज़। जी बेगम साहब बना रहे हैं मसाला। अस्सलाम वालेकुम, क्या हाल चाल मेरे बहन भाई? अल्लाह ठीक हो? अल्हम्दुलिल्लाह जी, मैं भी ठीक हाँ। तो मैं बना रही हूँ मसाला। अज आप की बनाना दसो? अज आप बनाने ने चावल। चावल वेख छुपा के रखे ने मुर्गियाँ तू क्या? देखो जी, ए आप चावल लिया के रखे ने माशाल्लाह जी। ए आज बना रहे हैं पुलाव। पुलाव बना रहे हैं तो मसाला वगैरह जरा ना वो बना रहे हैं। सैम अली हेल्प कर रहे हैं। हाँ जी, अस्सलाम वालेकुम। ਜੈਨ ਲਵੀ ਅਸਲਾਮ ਅਲੈਕੁਮ। ਆ ਵੇਖੋ ਇਹਨਾਂ ਦੋ ਭਾਈਆਂ ਨੇ ਥੋਮ ਦੀ ਟੋਕਰੀ ਭਰ ਕੇ ਛਿਲ ਛਿਲ ਕੇ ਛੋਟੀ ਜੀ ਉਹ ਟੋਕਰੀ ਤੁਸੀਂ ਭਰਤੀ ਇਹਨਾਂ ਥੋਮ ਕੀ ਕਰਨਾ? ਬਸ ਕਰ ਜਾਨ, ਬਸ ਕਰ, ਬਸ ਕਰੋ। ਇਹਨਾਂ ਥੋਮ ਨਹੀਂ ਬੜੀ ਵੱਡੀ ਟੋਕਰੀ ਕੋੜੀ ਬਸ ਮੈਂ ਨਾ ਰਹਾ ਨਾਲ ਨੇ ਦਣੀਆਂ ਤੇ ਦੰਦੇ ਵੀ ਬਣ ਗਏ ਨੇ ਤੇ ਤੁਸੀਂ ਥੋਮ ਵੀ ਛਿਲਤਾ ਬਾਕੀ ਹਰੀਆਂ ਮਿਰਚਾਂ ਤੋੜ ਲੈਣੇ ਆ ਜਿਹੜੀਆਂ ਪਈਆਂ ਨੇ ਟਮਾਟਰ ਵੀ ਤੇ ਮਸਾਲਾ ਮਸਾਲਾ ਤਿਆਰ ਕਰਨੇ ਕਰ ਕੇ ਤੇ ਫਿਰ ਆਪਾਂ ਖਾਵਾਂਗੇ। ਅੱਜ ਕੋਈ ਮਟਰ ਵਗੈਰਾ ਜਾਂ ਛੋਲੀਆ ਵਗੈਰਾ ਨਹੀਂ ਹੈਗਾ, ਸਾਦਾ ਪਲਾਓ ਬਣੇਗਾ। ਸਿੰਪਲ ਪਲਾਓ ਬਣਾਣੇ ਆਪਾਂ। ਜਿਬਾ ਜਿਹੜੀ ਦੇਖੋ ਪਾਪੜ ਖਾ ਰਹੀ। ਗੋਲ ਗੱਪਾ ਆਇਆ। ਆਂਟੀ ਕੋ ਸਲਾਮ ਤੋਂ ਕਰੋ। ਅਸਲਾਮ ਅਲੈਕਮ। ਆਂਟੀ ਨੂੰ ਸੁਲਾ ਨਹੀਂ ਮਾਰਨੀ। ਤੁਸੀਂ ਆ ਕੇ ਖਾ ਲਓ ਪਾਪੜ। ਆਂਟੀ ਜੀ ਪਾਪੜ ਖਾ ਲਓ। ਆਂਟੀ ਜੀ ਪਾਪੜ ਖਾ ਲਓ। अच्छा थोड़ी सी चीज काट के देगी बस। आंटी जी ये खा लो, सारे सारे दो ना आंटी को सारे। ये लो आंटी जी खा लो। मुर्गियां पता लग गया मुर्गा ना छोटा फैमिली का दोस्त लड़ती अरे छोटा जी आई तो बड़िया मुर्गियां ना पंगे लेंगे ਚੁੱਲਾ ਛੁੱਲਾ ਲਾਓ ਇੱਥੇ। ਬਾਕੀ ਦਾ ਜਿਹੜੀ ਬਾਕੀ ਵੀਡੀਓ ਫਿਰ ਸ਼ੇਅਰ ਕਰਾਂਗੇ ਇੱਥੇ ਸੈਟ ਤੇ ਜਿਹੜਾ ਮਸਾਲਾ ਰੈਡੀ ਕਰ ਲਈਏ ਤੇ ਫਿਰ ਅਸੀਂ ਜਿਹੜਾ ਨਾ ਚੁੱਲਾ ਸੈਟ ਕਰਕੇ ਫਿਰ ਵੀ ਸ਼ੇਅਰ ਕਰਨੇ ਆ ਸਾਰੇ ਦੇ ਪੀਣ ਦੇ ਲਈ। ਹਾਂਜੀ ਇਹਦਾ ਉਹ ਮੁਰਗਾ ਬਹੁਤ ਰੌਲਾ ਪਾਉਂਦਾ। ਇਹਦਾ ਜਿਹੜਾ ਅੱਜ ਤੀਸਰਾ ਦਿਨ ਹੈ ਜੀ, ਅੱਲਾਹ ਤਾਲਾ ਤੁਹਾਨੂੰ ਤੀਸਰਾ ਦਿਨ ਇਹਦਾ ਬਹੁਤ ਬਹੁਤ ਮੁਬਾਰਕ ਕਰੇ ਜੀ। ਮੈਨੂੰ ਕਹਿੰਦਾ ਅੱਜ ਰੋਜ਼ਿਆਂ ਦੀ ਬੜੀ ਮਿਸ ਮਹਿਸੂਸ ਹੁੰਦੀ ਸੀ ਮੈਨੂੰ, ਇਹਦਾ ਦਿਲ ਕਰਦਾ ਰੋਜ਼ੇ ਨਾ ਹੀ ਜਾਂਦੇ ਤਾਂ ਚੰਗਾ ਸੀ। ਮੈਨੂੰ ਬੜੀ ਇਹ ਹੈ ਨਾ ਅੱਜ ਆਪ ਨੂੰ ਮਹਿਸੂਸ ਹੁੰਦਾ ਵੀ ਕਮੀ ਜਿਹੀ ਮਹਿਸੂਸ ਹੋਈ ਜਾਂਦੀ। ਮਾਸ਼ਾਅੱਲਾ ਇੱਕ ਸਾਲ ਬਾਅਦ ਜਿਹੜਾ ਨਾ ਅੱਲਾਹ ਤਾਲਾ ਇੱਕ ਨੇਕੀ ਦਾ ਮਹੀਨਾ ਜਿਹੜਾ ਨਾ ਦਿੰਦਾ ਉਹ ਵੀ ਕਿਸਮਤ ਵਾਲਿਆਂ ਬੰਦਿਆਂ ਨੂੰ ਮਿਲਦਾ ਨਸੀਬਾਂ ਨਾਲ ਜਿਹੜਾ ਨਾ ਬੰਦੇ ਜ਼ਿੰਦਗੀ ਚ ਆਉਂਦੇ ਨੇ ਰੋਜ਼ੇ। ਇਨਸਾਨ ਦੀ ਜ਼ਿੰਦਗੀ ਲੰਬੀ ਹੋਵੇ ਤੇ ਫਿਰ ਉਹਦੀ ਜ਼ਿੰਦਗੀ ਚ ਆ ਜਾਂਦਾ ਤੇ ਫਿਰ ਇਨਸਾਨ ਰੱਖ ਲੈਂਦਾ ਜੀ। ਅਗਰ ਅੱਲਾਹ ਪਾਕ ਚਾਹੇ ਤੋ ਆਦੇ ਰਮਜ਼ਾਨ ਤੋਂ ਪਹਿਲਾਂ ਵੀ ਜਾ ਸਕਦਾ ਹੈ, ਉਹਨਾਂ ਨਸੀਬਾਂ ਚ ਨਹੀਂ ਵੀ ਕਰ ਸਕਦਾ ਪਰ ਅੱਲਾਹ ਪਾਕ ਸਭ ਦੇ ਨਸੀਬਾਂ ਦੀ ਕਰੇ। ਰਮਜ਼ਾਨ ਆਉਂਦਾ ਰਮਜ਼ਾਨ ਵੀ ਅੱਲਾਹ ਪਾਕ ਸਾਹਿਬ ਦੀ ਲੰਬੀ ਉਮਰ ਕਰੇ ਤੇ ਅੱਲਾਹ ਪਾਕ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇਵੇ। ਆਮੀਨ ਆਮੀਨ। ਇੰਨੀਆਂ ਮਿਰਚਾਂ ਮਿਲੀਆਂ ਜੀ ਬਾਣੀਆਂ ਨੇ ਮਿਰਚਾਂ ਪਾ ਕੇ ਮਾਰਨਾ ਘੱਟ ਕਰ ਲੈ ਥੋੜੀਆਂ ਜੀ ਕੰਮ ਕਰ ਲਈ
ਚਲੋ ਜੀ ਕੁੜੀਆਂ ਘੱਟ ਕਰ ਲੈਣ, ਬੱਚੇ ਚਿੱਟਣ ਲੱਗ ਪੈਣ ਮੇਰੇ ਦੋਸਤ ਨੂੰ ਖਵਾ ਦੇ ਮੁਰਗੇ ਨੂੰ। ਚਾਵਲ ਚੁਗ ਲਈਏ, ਸਾਲਾ ਹੋ ਗਿਆ ਰੈਡੀ, ਫੈਮਿਲੀ ਕਦੀ ਉਧਰ ਆ ਜਾਂਦੇ ਨੇ ਕਦੀ ਉਧਰ। ਚਾਵਲ ਇਹ ਮੈਂ ਟੋਟਾ ਚਾਵਲ ਲੈ ਕੇ ਆਇਆ, ਸਾਬਤ ਚਾਵਲ ਜਿਹੜੇ ਨਾ ਬਹੁਤ ਮਹਿੰਗੇ ਹੈਗੇ ਨੇ। ਅਸੀਂ ਬਹੁਤ ਖੁਸ਼ ਹੈਗੇ ਆਪਣੇ ਭੈਣ ਭਰਾਵਾਂ ਜਿਹੜੇ ਸਾਡੀ ਸਪੋਰਟ ਕਰ ਰਹੇ ਨੇ, ਅਸੀਂ ਜਿਹਨਾਂ ਨਾਲ ਆਪਦੇ ਦਿਲੋਂ ਸ਼ੁਕਰੀਆ ਅਦਾ ਕਰਨੇ ਆ ਭੈਣ ਭਾਈਆਂ ਦਾ। ਬੇਗਮ ਸਾਹਿਬਾ ਵੀ ਅੱਜ ਥੱਕ ਗਏ ਨੇ ਤੇ ਸ਼ਾਮ ਵੀ ਹੋ ਗਈ ਹੈ। ਅੱਜ ਮੈਂ ਇੰਨੇ ਪਲਟੂਨ ਕੱਪੜਿਆਂ ਦੇ ਧੋਤੇ, ਕੱਪੜੇ ਧੋਤੇ ਨੇ ਸਾਰੇ, ਪੀੜਾ ਲੈ ਵੀ ਦੇਖੋ ਜਿਹੜੇ ਅਗਲੇ ਬੱਚੇ ਇੱਕ ਤਾਂ ਇਹ ਭਰੀ ਹੋਈ ਹੈ, ਇਹਦੇ ਪਿੱਛੇ ਵੀ ਤਾਰ ਭਰੀ ਹੋਈ ਹੈ, ਉੱਪਰ ਵੀ ਡਬਲ ਤਾਰ ਪਿੱਛੇ ਵੀ। ਅੱਜ ਮੈਂ ਸੋ ਦੁਪਹਿਰ ਸਾਰਾ ਕੱਪੜੇ ਧੋਂਦੀ ਹਾਂ, ਦੇਖ ਤੇ ਪਤਲੇ ਸਾਈਡ ਤੇ ਵੀ ਜਿਹੜੇ ਨਾ ਟੰਗੇ ਹੋਣੇ ਕੱਪੜੇ, ਤੇ ਤੂੰ ਤਾਂ ਆਪਣਾ ਮਾਸ਼ਾਅੱਲਾ ਬੜਾ ਪਿਆਰਾ ਹੋ ਗਿਆ, ਸਤੂਲ ਜਿਹੜਾ ਮਾਸ਼ਾਅੱਲਾ ਹਦਾ ਬਦਾ ਹੋ ਗਿਆ ਸਾਡਾ ਦਦਾ, ਕੰਮ ਹੋ ਗਿਆ ਅੱਗੇ ਬਹੁਤ ਜ਼ਿਆਦਾ ਸੀ ਇਹਦਾ ਫਲ ਜਿਹੜਾ ਹੁਣ ਕੰਮ ਹੋ ਗਿਆ। ਹਾਂ ਸਾਨੂੰ ਇਹਦਾ ਫਲ ਦਾ ਵੀ ਮਸਲਾ ਬਣ ਜਾਂਦਾ ਜਦੋਂ ਲੱਗਦਾ ਹੈ ਤੇ ਸਾਨੂੰ ਨਾ ਇੰਜਣਾ ਪੈਂਦਾ ਬਾਰ ਬਾਰ, ਤੇ ਬਹੁਤ ਜ਼ਿਆਦਾ ਹੀ ਡਿੱਗਦਾ ਹੈ, ਜਾਨਵਰ ਥੱਲੇ ਡੇਗੀ ਰੱਖੋ। ਪਾਪਾ ਜੀ ਹਾਂਜੀ ਅੱਜ ਰੇਨੀਆਂ ਮੱਚਾ ਖਾ ਤੇ ਤੂੰ ਆਇਆ ਕਿ ਸ਼ੇਰਾਂ ਨੂੰ ਖਾਣਾ ਲੱਗ ਜਾਣਾ ਲੱਗ ਜਾਣਾ ਕਹਿੰਦਾ। ਚਲੋ ਜੀ ਇਹਨਾਂ ਨੂੰ ਬੱਚਿਆਂ ਨੂੰ ਥੋੜੀਆਂ ਮਿਰਚਾਂ ਪਸੰਦ ਨੇ ਤੇ ਅਸੀਂ ਥੋੜੀਆਂ ਹੀ ਪਾਵਾਂਗੇ, ਬੱਚੇ ਜਿਹੜੇ ਨਾ ਮਿਰਚਾਂ ਦੇ ਖਾਸ ਨੇ ਜ਼ਿਆਦਾ ਨੇ, ਦੋ ਤਿੰਨ ਪਾ ਲਈਏ ਫਿਰ ਉਹ ਤਾਂ ਥੋੜੀਆਂ ਰਹਿ ਜਾਣਗੇ ਬੇਟਾ। ਦੋ ਤਿੰਨ ਤੁਸੀਂ ਨਾ ਲਾਲ ਮਿਰਚ ਨਹੀਂ ਪਾਣੀ ਹੈਗੀ? ਨਹੀਂ ਲਾਲ ਤਾਂ ਮੈਂ ਅੱਗੇ ਵੀ ਨਹੀਂ ਪਲਾ ਕੇ ਪਾਉਂਦੀ, ਮੈਂ ਅੱਗੇ ਵੀ ਸਬਜ਼ ਹੀ ਬਣਾਉਂਦੀ। ਸਿਰਫ ਸਬਜ਼ ਮਿਰਚ ਤਿੰਨ ਚਾਰ ਮਿਰਚਾਂ ਨਹੀਂ ਕੁੱਟ ਕੇ ਪਲਾ, ਮੈਨੂੰ ਉਹ ਕੁੱਟ ਕੇ ਪਾ ਲਿਆ ਜੋ ਤੇ ਸਹੀ, ਬੱਚੇ ਹੈਗੇ ਨੇ ਉਹਨਾਂ ਨੇ ਖਾਣਾ ਹੁੰਦਾ ਤੇ ਫਿਰ ਜ਼ਿਆਦਾ ਮਿਰਚ ਨਹੀਂ ਸਹੀ, ਬੱਚਿਆਂ ਦੇ ਮੁਤਾਬਕ ਹੀ ਪਾਵਾਂਗੇ। ਸਬਜ਼ ਮਿਰਚ ਦਾ ਨੁਕਸਾਨ ਤਾਂ ਨਹੀਂ ਹੈਗਾ ਲੇਕਿਨ ਫਿਰ ਵੀ ਕੰਮ ਹੋਣੀ ਚਾਹੀਦੀ, ਬੱਚਿਆਂ ਦਾ ਮੂੰਹ ਫੜਨ ਲੱਗ ਗਿਆ। ਚਲੋ ਜੀ ਹੁਣ ਸਾਰਾ ਸੈਟਅਪ ਜਿਹੜਾ ਨਾ ਉੱਥੇ ਬੇਗਮ ਸਾਹਿਬਾ ਲਾਣਗੇ ਉਸ ਜਗ੍ਹਾ ਤੇ, ਤੇ ਬਾਕੀ ਵੀਡੀਓ ਫਿਰ ਸ਼ੇਅਰ ਕਰਾਂਗੇ। ਬਾਅਦ ਹੁਣ ਆਈਸਕ੍ਰੀਮ ਵਾਲਾ ਆਇਆ ਖੜਾ ਤੇ ਬੱਚੇ ਕਹਿੰਦੇ ਨੇ ਆਈਸਕ੍ਰੀਮ ਖਾਣੀ, ਬਣ ਖਾਣੀ ਤੂੰ ਤਾਂ ਪਾਪੜ ਖਾ ਰਹੀ ਹੈ। ਚਲੋ ਉਹਨਾਂ ਨੂੰ ਮਿਲਾ ਦੇ ਹਲੋ ਪੈਸੇ, ਦਸ ਦਸ ਰੁਪਏ ਵਾਲੇ ਜਿਹੜੇ ਨਾ ਲੈ ਆਓ। ਕਿੰਨੀਆਂ ਲਿਆਉਣੀਆਂ ਨੇ? ਛੇ ਲਿਆਉਣੀਆਂ ਨੇ। ਹਾਂਜੀ ਲਓ ਜੀ, ਹਿਬਾ ਵਾਸਤੇ ਵੀ ਆ ਰਹੀ ਠੀਕ ਹੈ। ਮਜ਼ਾ ਆਏਗਾ ਮੈਨੂੰ, ਪਾਪੜ ਤੇ ਚੱਕ ਕਰਾਓ ਮੁਝੇ ਵੀ ਦੋ ਫਿੱਕੇ ਵੈਸੇ ਸਹੀ ਨੇ, ਫਿੱਕੇ ਤੈਨੂੰ ਸਹੀ ਲੋ ਜੀ, ਉਹ ਆਈਸਕ੍ਰੀਮ ਵੀ ਲੈ ਕੇ ਆ ਗਿਆ।
ਚਲੋ ਇੱਕ ਆਦੀ ਮਨ ਦਿਓ, ਇੱਕ ਹੀ ਬਣ ਦਿਓ, ਇੱਕ ਮੁਝੇ ਵੀ ਦੋ ਨਾ। ਅਗਰ ਤੁਸੀਂ ਮੇਰੇ ਕੋਲ ਵੀ ਖਾ ਲਏ ਤਾਂ ਅੱਗੇ ਖਾ ਲਓ, ਡਿੱਗੀ ਹਲਦੀ ਜਲਦੀ ਖਾ ਲਓ, ਜਦੋਂ ਹਲਦੀ ਇੱਕ ਬਾਈਟ ਲੈ ਲਓ ਨਹੀਂ ਤਾਂ ਅਸੀਂ ਖਾ ਲਗੇ। ਉਹਨਾਂ ਨੇ ਟਿਸ਼ੂ ਲਾ ਸੀ ਵੀ ਉਹ ਨਹੀਂ ਪਾਈ ਨਹੀਂ ਦੀ ਉਹਨਾਂ ਦੀ ਉਹ ਤਾਂ ਚੜਾ ਕੇ ਸਮਾਨ। ਅੱਜ ਪਾਰਟੀ ਹੋ ਰਹੀ ਹੈ ਸੈਮ, ਅੱਜ ਆਈਸਕ੍ਰੀਮ ਪਾਰਟੀ ਹੋ ਰਹੀ। ਇਹ ਦੇਖੋ ਆਡਾ ਆਇਆ, ਉਹ ਲੈ ਪਾਪੜ ਲਗਾ ਦੀ, ਪਾਪੜਾਂ ਦਾ ਭੋਗ ਉੱਪਰ ਪਾ ਕੇ ਲੋ ਜੀ। ਆਹਾ ਭੁੱਖ ਬੜੀ ਲੱਗੀ, ਜਲਦੀ ਪਕਾਓ। ਖਤਮ ਹੋ ਗਿਆ, ਮੰਗੀਆਂ ਵਿਛਾ ਕੇ ਸੌ ਜਾਂਦੇ ਜਦੋਂ ਪਕਾ ਲਵੇ ਉਦੋਂ ਦੱਸ ਦੇ। ਰੋਜ਼ੇ ਹੁਣ ਖਤਮ ਹੋ ਗਏ ਨੇ, ਜਿਹਨੇ ਰੱਖਣਾ ਨੇ ਉਹ ਰੱਖ ਸਕਦਾ। ਚਾਵਲ ਇੱਕ ਵਾਰ ਹੁਣ ਤਿਆਰ ਕਰ ਲਈਏ, ਤਿਆਰ ਕਰ ਲਈਏ ਚਾਵਲ ਤਿਆਰ ਕਰ ਲਈਏ, ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਬੇਗਮ ਸਾਹਿਬਾ ਨੇ ਕਿਵੇਂ ਦੇ ਚਾਵਲ ਪਕਾਏ ਨੇ ਉਹ ਤੁਹਾਨੂੰ ਬਤਾਵਾਂਗੇ। ਚੰਗਾ ਜੀ, ਤੂੰ ਪੱਕਾ ਹੀ ਹੋ ਜਾ ਸਾਰੀ। ਚਲੋ ਜੀ ਪਕਾ ਕੇ ਚਾਵਲ ਫਿਰ ਖਾਵਾਂਗੇ ਆਪਾਂ। ਮਾਸ਼ਾਅੱਲਾ ਖੁਸ਼ਬੂ ਬੜੀ ਪਿਆਰੀ ਆ ਰਹੀ, ਬਣੇ ਤਾਂ ਮਜ਼ੇਦਾਰ ਨੇ ਪਰ ਬਣੇ ਪਿੰਡੂ ਚਾਵਲ।
ਕੇਲੂ ਵਿਲੇਜ ਸਟਾਈਲ ਚਾਵਲ ਬਣਾਏ ਨੇ ਅਸੀਂ ਟੋਟਾ ਚਾਵਲ ਅਸੀਂ ਚਾਵਲ ਬਣਾਏ ਨਾ ਵਿੱਚ ਕੋਈ ਚਣੇ ਨਾ ਕੋਈ ਮਟਰ ਨਾ ਲੈਣੇ ਦੇਣੇ ਅੱਜ ਕੋਈ ਚੀਜ਼ ਨਹੀਂ ਨਾ ਆਲੂ ਪਾਏ ਨੇ ਸਿੰਪਲ ਬਣਾਏ ਨੇ ਸਾਦਾ ਪਲਾਓ ਬਣਾਇਆ ਸਾਦਾ ਪਲਾਓ ਬਣਾਇਆ ਤੇ ਇਸ ਵਾਸਤੇ ਆਂਦੇ ਵੀ ਅੱਜ ਪਿੰਡ ਪਲਾਓ ਸਹੀ ਤਰੀਕੇ ਸਾਇਮ ਵਾਲੇ ਝੂਲੇ ਲੈ ਆਇਆ ਭੁੱਖ ਲੱਗੀ ਭੁੱਖ ਲੱਗੀ ਉਹਨੇ ਤਾਂ ਬਰਦਾਸ਼ਤ ਨਹੀਂ ਹੁੰਦੀ ਸੀ ਉਹਨੂੰ ਭੁੱਖ ਲੇਟ ਕਾਫੀ ਹੋ ਗਿਆ ਅੱਜ ਆਪਾਂ ਨੂੰ ਹਲਾ ਬੇਟਾ ਮੈਂ ਤੁਹਾਨੂੰ ਖਾਉਂਗੇ ਮੈਂ ਚਮਚੀ ਦੇ ਦੇ ਹਲਾ ਹਲਾ ਚਲੋ ਕੰਟਰੋਲ ਹੀ ਨਹੀਂ ਹੋ ਰਿਹਾ ਜੀ ਬਾਨੋ ਦਿਓ ਸਾਇਮ ਵਾਲੀ ਬਾ ਵੇਖੋ ਕਿ ਮੰਮੀ ਲਾ ਬਾੜ ਕੇ ਖਾਣਾ ਭੁੱਖ ਲੱਗੀ ਹਲਾ ਇਕਾ ਹਾਂਜੀ ਚੱਲ ਰਾ ਦਾਦੀ ਚਲ ਦੁਆ ਮੰਗ ਕੇ ਖਾਈਏ ਤੋਇਆ ਚਲੋ ਜੀ ਦੁਆ ਮੰਗ ਸਾਹਿਬ ਮੱਛਰ ਕਾਫੀ ਹੈਗਾ ਮੱਛਰ ਬਹੁਤ ਹੈਗਾ ਚਲੋ ਜੀ ਹੁਣ ਨਾ ਮੇਰੇ ਮੇਰੇ ਭੈਣ ਭਾਈਆਂ ਨੇ ਖਾਣਾ ਹੈ ਅਤੇ ਆ ਜਾਓ ਅਸੀਂ ਹੁਣ ਕਰਨੇ ਹਾਂ ਜੀ ਵੀਡੀਓ ਦਾ ਐਂਡ ਸ਼ਾਮ ਹੋ ਗਈ ਕਾਫੀ ਅੰਧੇਰਾ ਹੋ ਗਿਆ ਉਹਨਾਂ ਨੂੰ ਪਲੇਟ 'ਚ ਪਾ ਕੇ ਤਾਂ ਦਿਓ ਚਾਵੋ ਪਲੇਟ 'ਚ ਪਾ ਕੇ ਮੈਂ ਅੱਗੇ ਮੇਰੇ ਕੋਲੋਂ ਲੈ ਲਓ ਹੁਣ ਸ਼ਾਮ ਵਾਲੇ ਲੈ ਲਓ ਪਲੇਟ ਇੱਧਰ ਮੈਂ ਸ਼ਾਮ ਹੈਲੋ ਖਾ ਲਓ ਚਮਚੀ ਵੀ ਉੱਤੇ ਆ ਗਈ ਹਾਂ ਮਾਸ਼ਾਅੱਲਾ ਸਾਨੂੰ ਕਮੈਂਟ ਕਰਕੇ ਦੱਸਣਾ ਤੁਸੀਂ ਬੇਗਮ ਸਾਹਿਬਾ ਨੂੰ ਸਾਦਾ ਪਲਾਓ ਸਾਦਾ ਪਲਾਓ ਹਾਂ ਕੀ ਕਹਿਣਾ ਤੁਮੇ ਕੀ ਕਰਕੇ ਦੱਸਣਾ ਕੀ ਦੱਸਣਾ ਕੇ ਸਹੀ ਬਣੇ ਨਹੀਂ ਕਰਾਈਆਂ ਮੈਂ ਦੱਸ ਨਹੀਂ ਬਣਾਇਆ ਕਿ ਨਹੀਂ ਬਣਾਇਆ ਹਾਂ ਉਹਨਾਂ ਕਿਹੜਾ ਖਾਦੀ ਖਾਦੀ ਤਾਂ ਦੋ ਜਾਂ ਚਲੋ ਜੀ ਖਾ ਤਾਂ ਵੇਖੋ ਕਿ ਮੈਂ ਬਣਾਇਆ ਇੱਕ ਵਾਰ ਖਾ ਕੇ ਵੇਖੋ ਅਜ਼ਮਾ ਕੇ ਵੇਖੋ ਮਸ਼ਰਾ ਚਾਵਲ ਪਿਆਰੇ ਬਣ ਗਏ ਨੇ ਜਿਸ ਤਰ੍ਹਾਂ ਦੇ ਚਾਵਲ ਸਨ ਟੋਟਾ ਹੈ ਤਾਂ ਗੁਜ਼ਾਰੇ ਮੁਤਾਬਕ ਲੇਕਿਨ ਅੱਛੇ ਬਣ ਗਏ ਨੇ ਆਪਾਂ ਕਰਨੇ ਐਂਡ ਜੀ ਅਤੇ ਸਾਡੀ ਵੀਡੀਓ ਅੱਛੀ ਲੱਗੇ ਤਾਂ ਸਾਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਪਿਆਰਾ ਕਮੈਂਟ ਕਰੋ ਅੱਲਾ ਹਾਫਿਜ਼ ਅੱਲਾ ਹਾਫਿਜ਼ ਅੱਲਾ ਹਾਫਿਜ਼ ਅੱਲਾ ਹਾਫਿਜ਼ ਅੱਲਾ ਹਾਫਿਜ਼ ਸ਼ਾਮ ਵਾਲੀ ਤਾਂ ਗਰਮਾ ਗਰਮ ਖਾਈ ਜਾਂਦਾ ਹੁਣ ਤਿੰਨ ਤਾਰੇ ਨਹੀਂ ਵੀ ਆਉਣ ਲੱਗ ਜਾਣ ਜਲਦੀ ਜਲਦੀ ਚਲੋ ਜੀ ਅੱਲਾ ਹਾਫਿਜ਼ ਅੱਲਾ ਹਾਫਿਜ਼।